ਐਸਟੀਐਫ ਦੀ ਹਿਰਾਸਤ 'ਚ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ASI ਦੀ ਮੌਤ ਅਜੇ ਬੁਝਾਰਤ ਬਣੀ ਹੋਈ ਹੈ। ਪੁਲਿਸ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਕਰਾਰ ਦਿੱਤਾ ਸੀ ਅਤੇ ਧਾਰਾ 176 ਦੀ ਕਾਰਵਾਈ ਕੀਤੀ ਸੀ। ਇਸ ਦੇ ਨਾਲ ਹੀ ਮਾਮਲੇ ਦੀ ਜੁਡੀਸ਼ਲ ਜਾਂਚ ਵੀ ਹੋਵੇਗੀ, ਜਿਸ ਨੂੰ ਅੰਮ੍ਰਿਤਸਰ ਦੇ ਜੱਜ ਲੀਡ ਕਰਨਗੇ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੌਕੇ 'ਤੇ ਅਸਾਲਟ ਅਤੇ 5 ਖੋਲ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਕਾਰਵਾਈ ਕਰਨ ਵਾਲੇ ਇੰਸਪੈਕਟਰ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਕੱਲ੍ਹ ਸਵੇਰੇ ਜਦੋਂ ਅਵਤਾਰ ਸਿੰਘ ਦਾ ਮਨ ਘਬਰਾਉਣ ਲੱਗਾ ਤਾਂ ਐਸਟੀਐਫ ਦੇ ਮੁਨਸ਼ੀ ਵਰਿਆਮ ਸਿੰਘ ਨੇ ਇਨਸਾਨੀਅਤ ਦੇ ਨਾਤੇ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਕੱਢਿਆ ਅਤੇ ਪਾਣੀ ਲੈਣ ਚਲਾ ਗਿਆ। ਇਸ ਪਿੱਛੋਂ ਉਸ ਦੇ ਦਫ਼ਤਰ ਵਿੱਚ ਪਈ ਅਸਾਲਟ ਰਾਈਫਲ ਚੁੱਕ ਕੇ ASI ਅਵਤਾਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਤੁਹਾਨੂੰ ਦੱਸ ਦਈਏ ਕਿ ASI ਅਵਤਾਰ ਸਿੰਘ ਅਤੇ ASI ਜ਼ੋਰਾਵਰ ਸਿੰਘ ਨੂੰ ਐਸਟੀਐਫ ਨੇ 10 ਗ੍ਰਾਮ ਹੈਰੋਇਨ ਸਮੇਤ ਥਾਣਾ ਘਰਿੰਡਾ ਤੋਂ ਗ੍ਰਿਫਤਾਰ ਕੀਤਾ ਸੀ। ਦੋਵਾਂ ਨੂੰ ਐਸਟੀਐਫ ਦੀ ਕਸਟਡੀ ਵਿੱਚ ਰੱਖਿਆ ਗਿਆ ਸੀ। ਇਹਦੇ 'ਚ ਅਵਤਾਰ ਸਿੰਘ ਨਾਮ ਦੇ ਥਾਣੇਦਾਰ ਨੇ, ਇਹਨਾਂ ਦੇ ਖਿਲਾਫ਼ ਐਸਟੀਐਫ ਨੇ ਪਰਚਾ ਦਰਜ ਕੀਤਾ ਸੀ। 140 ਨੰਬਰ ਇਹਨਾਂ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇੱਕ ਇਹਨਾਂ ਦੇ ਨਾਲ ਜ਼ੋਰਾਵਰ ASI ਗ੍ਰਿਫਤਾਰ ਕੀਤਾ ਗਿਆ ਸੀ। ਘਰਿੰਡੇ ਥਾਣੇ 'ਚ ਪਰਚਾ ਦਰਜ ਕਰਕੇ ਜਿਹੜੀ ਇਨਵੈਸਟੀਗੇਟ ਐਸਟੀਐਫ ਦੀ ਸੀ ਅਤੇ ਡਿਪਾਰਟਮੈਂਟ ਦੇ ਹੋਣ ਕਰਕੇ ਇਹਨਾਂ ਨੂੰ ਇੱਥੇ ਲੈ ਕੇ ਆਏ ਸੀ ਐਸਟੀਐਫ 'ਚ। ਇੱਥੇ ਹੈੱਡਕੁਆਟਰ ਆ ਸਾਡਾ, ਇੱਥੇ ਜਿੱਥੋਂ ਸਾਰਾ ਇਹਦਾ ਐਸਟੀਐਫ ਦਾ ਚੱਲਦਾ। ਉੱਥੇ ਸਵੇਰੇ ਮੋਰਨਿੰਗ ਇਹਨੇ ਕਿਤੇ ਡਿਮਾਂਡ ਕੀਤੀ ਆ ਵੀ ਮੇਰਾ ਦਿਲ ਘਬਰਾਉਣ ਡਿਆ, ਅਤੇ ਉਹ ਘਬਰਾਹਟ ਕਰਕੇ ਇਹਨੂੰ ਵਰਿਆਮ ਸਿੰਘ ਮੁਨਸ਼ੀ ਨੇ ਬਾਹਰ ਬਿਠਾ ਦਿੱਤਾ ਥੋੜ੍ਹਾ ਜਿਹਾ, ਅਤੇ ਪਾਣੀ ਲੈਣ ਗਏ ਅਤੇ ਪਾਣੀ ਉਹਨੇ ਉੱਥੇ ਟਰੰਕ 'ਚ ਪਈ AK-47 ਨਾਲ ਆਪਣੇ ਸੂਸਾਈਡ ਕੀਤਾ। ਉਹਦੇ ਖਿਲਾਫ਼ ਜਿਹੜੀ ਬਣਦੀ ਐਜ਼ ਪਰ ਲਾ 176 CRPC ਦੀ ਕਾਰਵਾਈ ਬਣਦੀ ਹੈ, ਉਹ ਅਸੀਂ ਕਰ ਰਹੇ ਹਾਂ। ਕਾਰਨ ਕਈ ਹੋ ਸਕਦੇ ਆ ਜੀ, ਮੇਨ ਕਾਰਨ ਤਾਂ ਸਟ੍ਰੈੱਸ ਹੀ ਲੱਗ ਰਹੀ ਆ, ਕਿਉਂਕਿ ਡਿਪਾਰਟਮੈਂਟ 'ਚ ਹੁੰਦੇ ਹੋਏ ਜਿਹੜਾ ਇਹੋ ਜਿਹਾ ਠੱਪਾ ਲੱਗ ਜਾਣਾ, ਜਾਂ ਬਾਅਦ 'ਚੋਂ 311 ਦਾ ਵੀ ਡਰ ਹੁੰਦਾ ਮੈਂ ਮੁਲਾਜ਼ਮ ਨੂੰ, ਜਿਹੜੀ ਸਰਵਿਸ ਸਾਡੇ ਪੰਜਾਬ ਪੁਲਿਸ 'ਚ ਆ, ਅਤੇ ਇਹੋ ਜਿਹੀਆਂ ਕਈ ਚੀਜ਼ਾਂ ਸਾਹਮਣੇ ਆਉਣ ਜਿਹੜੀਆਂ ਫੀਲ ਹੁੰਦੀਆਂ ਬੰਦੇ ਨੂੰ, ਗਲਤੀ ਕਰ ਲਈ ਆ ਹੁਣ ਗਾਂਹ ਕੀ ਭੁਗਤਣਾ ਪੈਣਾ ਵਾ। ਸਮੇਂ ਸਮੇਂ 'ਤੇ ਵਾਰਨਿੰਗਾਂ ਵੀ ਦਿੱਤੀਆਂ ਜਾਂਦੀਆਂ ਸੀਨੀਅਰ ਆਫਿਸਰ ਵੱਲੋਂ, ਬਟ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। 311 ਉਹ 'ਚ ਡਿਸਮਿਸ ਕੀਤਾ ਜਾਂਦਾ ਜੀ, ਅਤੇ ਟੋਟਲ ਬੈਨੀਫਿਟ ਪੈਨਸ਼ਨ ਸਭ ਕੁਝ ਬੰਦ ਹੋ ਜਾਂਦੀ ਆ। ਉਹ ਸਿਰਫ ਜਿਹੜੀ ਹੈਗੀ ਆ 311 ਦੇ ਥਰੂ ਕੋਈ ਵੀ ਬੈਨੀਫਿਟ ਉਹਨੂੰ ਨਹੀਂ ਮਿਲਦਾ ਬਾਅਦ 'ਚੋਂ। ਇਹ 5 ਗੋਲੀਆਂ ਟੋਟਲ ਚੱਲੀਆਂ ਨੇ, ਉਹਦੇ 'ਚ ਜਿਹੜੀਆਂ ਬਾਕੀ ਜਿਹੜੀਆਂ ਪੋਸਟਮਾਰਟਮ ਤੋਂ ਕਲੀਅਰ ਹੋਏਗਾ ਵੀ ਉਹਦੇ ਸਿਰ 'ਚ ਕਿੰਨੀਆਂ ਲੱਗੀਆਂ, ਕਿਉਂਕਿ ਹਾਲਾਤ ਮੁਤਾਬਕ ਉੱਥੇ ਛੱਤ ਦੇ ਉੱਤੇ ਜਿਹੜੇ ਨਿਸ਼ਾਨ ਵਗੈਰਾ ਸੀ ਉਹ 5 ਪਾਏ ਗਏ। ਸਾਡੇ ਤੱਕ ਨਹੀਂ ਕੋਈ ਗੱਲ ਆਈ ਕੱਲ੍ਹ ਤੇ, ਕੱਲ੍ਹ ਦੀ ਪੋਸਟਮਾਰਟਮ ਦੀ, ਪੋਸਟਮਾਰਟਮ 'ਤੇ ਜੁਡੀਸ਼ਲ ਜਾਂਚ ਚੱਲ ਰਹੀ ਆ, ਪੋਸਟਮਾਰਟਮ 'ਤੇ ਅੱਜ ਹੋਏਗਾ ਹੀ ਹੋਏਗਾ। ਬਿਊਰੋ ਰਿਪੋਰਟ, ਪੰਜਾਬ ਟੂਡੇ।